ਤਾਂ ਜੀ ਸਵਾਗਤ ਆ ਅੱਜ ਦੇ ਵਲੌਗ 'ਚ। ਔਰ ਪਹਿਲਾਂ ਮਾਹੌਲ ਦੇਖੋ, ਸ਼ਾਇਦ ਤੁਹਾਨੂੰ ਆਵਾਜ਼ ਵੀ ਆਵੇ। ਮੈਂ ਇੱਕ ਮਿੰਟ ਚਾਰ ਪੰਜ ਸੈਕਿੰਡ ਚੁੱਪ ਹੁੰਦਾ ਤਾਂ ਤੁਸੀਂ ਆਵਾਜ਼ ਆਵਾਜ਼ ਸੁਣ। ਆਵੇ ਹੋਈ ਤੁਰ ਦੇਖੋ ਕਿੰਨਾ ਖਤਰਨਾਕ ਮਾਹੌਲ। ਮੈਂ ਇੰਨੀ ਜ਼ਿਆਦਾ ਲਿਟਰਲੀ ਦੱਸਾਂ, ਮੈਂ ਨਾ 2 ਵਜੇ ਉੱਠਿਆ ਰਾਤ, ਪੂਰਾ ਇੱਕ ਤੋਂ ਵੀ ਜ਼ਿਆਦਾ ਡਾਰਕ ਬੱਦਲ ਆਉਣ, ਬਿਜਲੀ ਕੜਕੇ ਰਾਤ ਨੂੰ ਓਪਨ ਨਹੀਂ ਸੁਣਨੇ ਤੁਹਾਨੂੰ ਪਤਾ ਹੀ, ਅਤੇ ਐਂ ਲੱਗੇ ਕੋਈ ਪਤਾ ਨਹੀਂ ਕੀ ਹੋ ਗਿਆ ਯਾਰ, ਕੋਈ ਤਗੜਾ। 4 ਵਜੇ ਉੱਠੇ, ਲਾਈਕ ਸਮਝੋ ਕਿ ਜਿਹਨੇ ਸਿੱਟੇ ਮਾਰੇ, ਮਤਲਬ ਬਹੁਤ ਹੀ ਸਾਫ਼ ਹੋ ਗਿਆ। ਫਿਰ ਮੈਂ ਥੱਲੇ ਜਾ ਕੇ 4 ਵਜੇ ਸੁੱਤਾ, ਮੈਂ ਕਿਹਾ ਹੁਣ 5 ਵਜੇ ਉੱਠਾਂਗੇ, ਥੱਲੇ ਜਾ ਕੇ ਸੁੱਤਾ, ਨੀਂਦ ਬੜੀ ਆਈ। 5:30 ਅਤੇ ਇਹਨਾਂ ਨੇ ਫੋਨ ਲੈ ਕਹਿੰਦੇ ਆ ਜਾ, ਮੈਂ ਫਿਰ 10-15 ਮਿੰਟ ਲੱਗੇ ਮੈਨੂੰ, ਫਿਰ ਮੈਂ ਆਇਆ ਜੋ ਬਾਹਰ ਮੈਂ ਹੌਲੀ ਪੜਾਓ ਹੈ ਨਾ, ਹਨੇਰੀ ਚੱਲੀ ਜਾਂਦੀ ਪੂਰੀ ਸ਼ਪੈਦੇ ਦੇਖੋ ਤੁਸੀਂ। ਔਰ ਇਸ ਤੋਂ ਇਲਾਵਾ ਆਹ ਧੋਨੀ ਨਾਲ ਦੀ ਟੀਮ ਆ, ਇੱਥੇ ਮਾੜਾ ਮੋਟਾ ਰੌਲਾ ਵੀ ਪਊਗਾ, ਚੱਕ ਕਾਸ਼ ਨਾਲ ਰੌਲਾ। ਮੈਂ ਤਾਂ ਅੱਜ ਭਾਈ ਇਹਨਾਂ ਦਾ ਕਵਰ ਅਪ ਕਰਾਂਗਾ, ਚੱਕ ਨਹੀਂ ਟਲਦੇ। ਕੀ ਮਾਹੌਲ ਹੋ ਗਿਆ ਜੀ ਇੱਥੇ, ਮਾਹੌਲ ਗਰਮ ਹੋ ਗਿਆ, ਮਾਹੌਲ ਕੀ ਹੋਊਗਾ ਧੋਨੀ। ਐਪੀਐਲ ਖੇਡ ਕੇ ਨਹੀਂ ਰਾਜੀ, ਐਪੀਐਲ ਖੇਡ ਕੇ ਨਹੀਂ ਰਾਜੀ, ਪੂਰੀ ਫਾਰਮ ਚ ਮੁੰਡਾ ਆ ਚੁੱਕਾ ਵਾ। ਨੋ ਬਾਲ ਨੋ ਬਾਲ ਨੋ ਬਾਲ ਨੋ ਬਾਲ ਨੋ ਬਾਲ, ਪਹਿਲੀ ਗੇਂਦ ਹੋ ਗਈ ਆ ਤੇ ਨੋ ਹੋ ਗਈ ਤੇ ਜਗ ਜੀ ਤੁਸੀਂ ਕਹਿੰਦੇ ਜਾਓ, ਲਓ ਜੀ ਜਗ ਜਗ ਜੀ ਕਹਿੰਦੇ ਤੁਸੀਂ ਮਾਲ ਕਰਨਾ ਕਰੋ, ਲਓ ਵੀ ਫ੍ਰੀ ਹਿੱਟ, ਫ੍ਰੀ ਹਿੱਟ ਆ ਚੁੱਕੀ, ਫ੍ਰੀ ਹਿੱਟ ਆ ਚੁੱਕੀ ਆ, ਸ਼ਾਟ ਹੈ ਸ਼ਾਟ ਹੈ, ਲਓ ਜੀ ਉਧਰ ਨੰਨੀ ਉਹ ਚੱਕ ਨੰਨੀ ਹੋਣਾ ਜੀ ਫੀਲਡਿੰਗ ਤੇ ਆ ਗਈ ਆ ਗਈ, ਲਓ ਜੀ ਲਓ ਬਈ ਆਉਂਦੇ ਆਉਂਦੇ ਆ, ਤੀਜੀ ਬਾਲ ਆ ਗਈ ਕਾਸ਼ ਪਰ ਦੂਜੀ ਆ ਵੈਸੇ ਤਾਂ, ਆਏ ਹੋਏ ਘੱਟ ਖੇਡਦਾ ਲੱਟੂ, ਚੱਕੋ ਤੀਜੀ ਗੇਂਦ ਆ ਗਈ, ਉਹ ਸ਼ਾਟ ਅਗਲੀ ਗੇਂਦ ਆ ਗਈ ਆ, ਵਾਈਟ ਨਹੀਂ ਥੋੜੀ ਜਿਹੀ ਹੈਗੀ ਸੀ, ਨੋ ਹੋ ਗਈ ਸੀ, ਅਗਲੀ ਗੇਂਦ ਆ ਗਈ, ਅਗਲੀ ਗੇਂਦ ਨੋ ਗਈ ਸੀ, ਉਹ ਮਿਸ ਕਰਤੀ ਲੱਡੂ ਨੇ। 4 ਗੇਂਦ ਆਈ, ਉਹ ਭਾਈ ਸਾਹਿਬ ਅਗਲੀ ਗੇਂਦ ਵਿਖਾਈ ਨਹੀਂ ਗਈ, ਤੇ 5ਵੀਂ ਗੇਂਦ ਸੀ ਤੇ ਚੌਕਾ ਚੁੱਕਾ, ਗੇਂਦ ਮੇਰੇ ਬੱਚੇ ਲੱਗੀ ਸੀਗੀ। ਚਲੋ ਵੀ ਪਹਿਲਾਂ ਹੋਰ ਹੀ ਹੋਊਂਗਾ, ਇਸ ਤੋਂ ਬਾਅਦ ਪਹਿਲੀ ਦੌੜ ਦਾ ਹੀ ਰੌਲਾ ਹੁੰਦਾ ਵਾ, ਤੇ ਸਕੋਰ ਆ ਚੁੱਕੇ ਕਾਫੀ, 8-9 ਆ ਚੁੱਕੇ ਲਾਸਟ ਬਾਲ, ਉਹ ਸ਼ਾਰਟ ਹੈ, ਉਹ ਵੀ ਸ਼ਾਰਟ ਲੈਗ ਤੇ 8 ਸਕੋਰ ਆ ਗਏ, ਮਤਲਬ ਕਿ 2 ਚੌਕੇ ਆ ਗਏ, 2 ਚ 13 ਸਕੋਰ ਹੋ ਗਏ, ਕਿੰਨਾ ਖਤਰਨਾਕ ਹੋਇਆ, 1 ਓਵਰ 13 ਸਕੋਰ ਹੋ ਗਏ, ਲੱਡੂ ਨੇ 2 ਚੌਕੇ ਮਾਰਤੇ, ਠੀਕ ਹੈ।
ਹੁਣ ਮੈਂ ਤੁਹਾਨੂੰ ਮਿਲੂੰਗਾ ਇਸ ਤੋਂ ਬਾਅਦ ਆਹ ਮੈਚ ਦੇ ਜਾਣ ਵਿੱਚ, ਜਾਂ ਫਿਰ ਵੇਖਦੇ ਕੌਣ ਜਿੱਤਦਾ ਹਾਰ ਹੁੰਦੀ ਉਦੋਂ. ਔਰ ਪਹਿਲੇ ਓਵਰ 'ਚ ਕਾਸ਼ ਨੇ ਜਿੱਤ ਕੇ ਓਵਰ ਕੀਤਾ ਅਤੇ 13 ਸਕੋਰ ਆ ਚੁੱਕਿਆ ਉਹਨੂੰ. ਏ ਪੀ ਵੱਲੋਂ ਕੋਈ ਖਾਸ ਰਿਸਪੋਂਸ ਤਾਂ ਨਹੀਂ ਆ, ਪਰ ਜਿਵੇਂ ਵੀ ਆ ਪਰ ਵਧੀਆ ਟੇਕੀ ਆ. ਤਾਂ ਲਾਡੀ ਬੋਲਿੰਗ 'ਤੇ ਆ ਚੁੱਕਾ ਹੁਣ. ਲਾਡੀ ਦਾ ਮੈਨੂੰ ਪਤਾ ਮੈਂ ਇਹਦੀ ਬੋਲਿੰਗ ਤਾਂ ਵਿਖਾ ਨਹੀਂ ਸਕਦਾ ਕਿਉਂਕਿ ਇਹਨੇ ਉਡੀ ਕਰਨੇ ਅਤੇ ਮੈਨੂੰ ਪਤਾ. ਅਤੇ ਲਾਡੀ ਜੀ ਆਲ ਦਾ ਬੈਸਟ ਆ, ਓਵਰ ਦੀ ਫਾਸਟ ਆ ਸੁਣ ਸਕਦੇ, ਮਿਲਦੇ ਇਸ ਤੋਂ ਬਾਅਦ. ਤਾਂ ਪੁਆਇੰਟ 'ਤੇ ਤੁਸੀਂ ਵੇਖ ਸਕਦੇ ਆ ਨੰਨੀ ਹੁਣਾਂ ਕੋਲ ਆਪਣੀ ਵਲੋਗ ਪਹੁੰਚ ਚੁੱਕਾ, ਕਿਉਂਕਿ ਉਹ ਵਲੋਗ ਕਰ ਰਹੇ ਸੀ. ਉਹਨਾਂ ਦੀ ਬੈਟਿੰਗ ਸੀ, ਆਪਣੀ ਫੀਲਡਿੰਗ ਸੀ, ਤਾਂ ਉਹ ਆਪਣੇ ਵੱਲੋਂ ਵਲੋਗ ਕਰ ਰਹੇ ਆ ਜਿੰਨਾ ਕੁ ਕਰ ਰਹੇ ਆ ਆਪਦੇ ਵੱਲੋਂ. ਉਹਨਾਂ ਨੂੰ ਐਕਸਪੀਰੀਅੰਸ ਨਹੀਂ, ਪਰ ਜਿੱਦਾਂ ਵੀ ਦੇਖੋ ਤੁਸੀਂ ਅਤੇ ਇੰਜੋਏ ਕਰੋ. ਵਾਹ ਜੀ ਵਾਹ, ਜਿੱਤੇਗੇ ਹਮ ਜਿੱਤੇਗੇ. ਸਾਡੇ ਕੋਚ ਸਾਹਿਬ ਜੂਮ ਕਰਕੇ ਰਹਿੰਦਾ ਸੀ, ਆਹ ਕੋਚ ਸਾਹਿਬ ਜੀ ਇਹ ਵਲੋਗ ਕਰਨਾ ਕੱਲ ਨੂੰ. ਇਹ ਚਾਹ ਆਇਆ ਧੋਨੀ ਬਾਈ ਯਾਰ, ਪੈਰ ਦੱਸਦੇ ਅੱਜ. ਸਾਨੂੰ ਬਹੁਤ ਵਧੀਆ ਫੀਲ ਹੋ ਰਿਹਾ ਕਿਉਂਕਿ ਮੌਸਮ ਬਹੁਤ ਵਧੀਆ, ਅੱਜ ਗਰਮੀ ਬਹੁਤ ਜ਼ਿਆਦਾ ਘੱਟ ਆ, ਬਹੁਤ ਵਧੀਆ ਮੈਚ ਲੱਗੀ ਜਾਂਦਾ ਸਾਡਾ ਵੀਰੇ. ਆਹ ਸਾਡਾ ਭਰਾ ਧੋਨੀ ਬੈਟਿੰਗ 'ਤੇ ਆਇਆ, ਅਤੇ ਇਹ ਉਹ ਯਾਰ ਧੋਨੀ ਬਾਈ ਯਾਰ ਕੀ ਕਰੀ ਜਾਂਦਾ ਯਾਰ, ਕਮਾਲ ਆ ਯਾਰ. ਇੱਕ ਬਿਸਕੁਟ ਪੈਕਟ ਦੇਣਾ ਇਹਨੂੰ ਜੀ, ਇੱਕ ਛੱਕਾ ਮਾਰ ਕੇ ਆਪ ਠੀਕ ਆ. ਹਾਂਜੀ ਸ਼ਾਬਾ ਧੋਨੀ ਸ਼ਾਬਾ. ਕੀਪਿੰਗ ਕਰਦੇ ਓ ਯਾਰ ਕੀ ਕਰੀ ਜਾਂਦਾ ਬਾਈ ਯਾਰ, ਧੋਨੀ ਵੀਰੇ ਡਾਊਟ ਕਰੀ ਜਾਂਦਾ ਕਹਿੰਦਾ. ਇਹਨੂੰ ਸਮਝਾਓ ਦਰਸ਼ਕੋ ਮਾੜਾ ਮੋਟਾ. ਧੋਨੀ ਸਾਰੇ ਮੈਚ ਦੀ ਡੰਡ ਨਾਲ ਲਵਾ ਦੀ ਮੇਰੇ ਵੀਰਾ, ਜ਼ੋਰ ਬਹੁਤ ਲੱਗਾ ਬੋਲਿੰਗ 'ਤੇ. ਸ਼ਾਬਾ ਰਾਹੁਲ, ਆ ਸਾਡੇ ਕਾਚੀ ਪਲੇਅਰ ਤੇ ਸੱਟ ਵੱਜ ਗਈ, ਖੜਾ ਖੜਾ ਡਿੱਗ ਗਿਆ, ਕੈਚ ਕਰਨ ਲੱਗਿਆ ਸੀ ਡਾਈ ਮਾਰ ਕੇ ਤੇ ਡਿੱਗ ਗਿਆ. ਧੋਨੀ ਯਾਰ ਕੀ ਯਾਰ ਬਈ ਸ਼ਾਟ ਕਿਵੇਂ ਦਾ ਮਾਰੀ ਜਾਂਦਾ. ਲਾਡੀ ਵੀਰੇ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਧੋਨੀ ਬਾਰੇ? ਬੇੜਾ ਗਰਕ ਹੈ. ਬੇੜਾ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਧੋਨੀ ਬਾਰੇ? ਬੇੜਾ ਗਰਕ ਹੈ. ਬੇੜਾ ਗਰਕ ਕਰੀ ਵੀਰੇ ਧੋਨੀ, ਸਾਰੇ ਮੈਚ ਦਾ ਧੋਨੀ ਬੇੜਾ ਗਰਕ ਕਰੀ ਜਾਂਦਾ. 57 ਬਣਾਉਣੇ ਆ ਵੀਰੇ ਤੇ. ਆਹ ਵੇਖੋ ਮੜਾ ਅੱਗੇ 9 ਗੇਂਦਾ ਛਾਵਾ ਯਾਰ. ਹਵਾ ਕਾਸ਼ ਇੱਕ ਹੈ ਟਲੈਲੀ ਮੇਰਾ ਵੀਰ. ਛ
ਸ਼ਾਵਾ ਯਾਰ, ਬਾਈ ਯਾਰ, ਸਰਾ ਯਾਰ, ਕਾਚੀ ਯਾਰ, ਸ਼ੋਟ ਆ ਯਾਰ, ਅੱਠ ਰਹਿ ਗਏ, ਅੱਠ ਸੱਤ ਕਹਿੰਦਾ ਅੱਠ। ਬਾਈ ਕਿਵੇਂ ਦਾ ਲੱਗਦਾ ਪਿਆ ਤੁਹਾਨੂੰ ਅੱਜ? ਤੁਹਾਨੂੰ ਕੀ ਕਹਿਣਾ ਚਾਹੋਗੇ? ਹੋਰ ਰਾਹੁਲ ਵੀਰੇ ਕੀ ਕਹਿਣਾ ਚਾਹੋਗੇ? ਸਰਾ ਬਾਈ ਯਾਰ, ਸਰਾ ਬਾਈ, ਸਰਾ ਕਰਾ ਦਾ ਯਾਰ ਕਾਸ਼ ਦੇ ਧੋਨੀ ਵੀਰੇ, ਸਰਾ ਕਰਾ ਦਾ। ਬਾਉਂਸ ਹੋ ਗਿਆ, ਲਾਸਟ ਆ ਗਈ। ਛਾਵਾ ਛੋਟਾ, ਦੋ 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 ਦੋ, ਕੋਈ ਨਾ ਕੋਈ ਨਾ, ਸੱਤ ਰਹਿ ਗਿਆ, ਇੱਕ ਓਵਰ। ਬਾਈ ਛੇ ਕਹਿੰਦਾ ਸੱਤ ਰਹਿ ਗਿਆ, ਤੇ ਬੋਲਿੰਗ ਤੇ ਕੌਣ ਹੈ ਵੀਰੇ ਤੁਸੀਂ? ਇੱਕ ਓਵਰ ਸੱਤ ਰਹਿ ਗਏ ਆ, ਤੇ ਮਾਹੌਲ ਖਾਚਾ ਖਾਚੇ ਵਾ ਭਾਈ, ਕੁੰਡੀਆਂ 'ਚ ਸਿੰਗ ਫਸਣ ਵਾਲੇ ਕੰਮ ਆ, ਤੇ ਬਾਕੀ ਵਿਖਾ ਰਹੇ ਆ ਤੁਹਾਨੂੰ। ਐਂਡਲਾ ਓਵਰ ਮੈਂ ਤੇ ਆ, ਪੂਰੀ ਕਮਾਂਡ ਮੈਂ ਸੰਭਾਲਣੀ ਹੈ, ਸੱਤ ਸਕੋਰ ਰਹਿ ਗਏ, ਛੇ ਬੋਲਾਂ, ਤੇ ਮਿਲਦੇ ਤੁਹਾਨੂੰ। ਕੋਸ਼ਿਸ਼ ਕਰਦਾ ਰੋਕਣ ਦੀ, ਬਾਕੀ ਉਹ ਵੀ ਅੱਗੇ ਫੋਮ 'ਚ ਆ, ਵੇਖੋ ਰੱਬ ਜਾਣਦਾ, ਵੇਖੋ ਹੁਣ ਕੀ ਬਣਦਾ। ਰਹਿ ਗਏ ਕਾਚੀ ਵੀਰੇ ਸੱਤ ਰਹਿ ਗਏ, ਬਾਕੀ ਠੀਕ ਆ, ਠੀਕ ਆ ਵੀਰੇ। ਛਾਵਾ ਵੀਰੇ, ਛਾਵਾ ਕਾਚੀ ਵੀਰੇ, ਕੋਈ ਨਾ, ਘਬਰਾਉਣ ਦੀ ਲੋੜ ਨੀ ਵੀਰੇ, ਬੋਲਰ ਵੀ ਖਤਰਨਾਕ ਹੀ ਆ, ਅੱਗੋਂ ਕੁਛ ਵੀ ਹੋ ਸਕਦਾ, ਉਧਰੋਂ ਕਾਚੀ ਵੀ ਖਤਰਨਾਕ ਹੀ, ਉਧਰੋਂ ਛਾਵਾ ਬਾਈ ਯਾਰ, ਛਾਵਾ ਬਾਈ ਯਾਰ, ਛਾਵਾ ਯਾਰ ਹੋ ਗਏ ਵੀਰੇ, ਹੋ ਬਾਈ ਯਾਰ, ਸਰਾ ਕਰਾਤਾ ਕਾਚੀ ਨੇ ਚੌਗਾ ਮਾਰ ਕੇ ਯਾਰ, ਤਿੰਨ ਰਹਿ ਕੇ ਕੁਛ ਵੀ ਹੋ ਸਕਦਾ, ਪੰਜ ਕਹਿੰਦਾ ਸਰਾ ਹੋ ਗਿਆ ਬਾਈ ਯਾਰ, ਬਾਈ ਯਾਰ ਸਰਾ ਕਰਾਦਾ ਯਾਰ, ਰਾਤਾਂ ਸਰਾ ਕਰਾਦਾ, ਬਹੁਤ ਸੋਹਣੇ ਲੱਗਦੇ। ਆਹ ਸਾਡੀ ਟੀਮ ਜਿਹੜੀ ਜਿੱਤੀ ਆ, ਆਹ ਸਾਡੀ ਟੀਮ ਬੋਲਿੰਗ ਵਾਲੀ ਵੀਰੇ। ਤਾਂ ਬਾਈ ਹੁਣ ਫਿਰ ਕੁੰਡੀ ਦਾ ਮੁਕਾਬਲਾ ਆ ਚੁੱਕਾ ਵਾ, ਮੈਨੂੰ ਥੋੜ੍ਹਾ ਜਿਹਾ ਹੋਣਾ ਹੀ ਪੈਣਾ ਲਾ ਕੇ, ਪਹਿਲੀ ਗੇਂਦ ਦਾ ਸੇਬੀ ਕੋਲ ਪਛਾ ਦਿੰਦੇ ਹਾਂ, ਕੈਮਰਾ ਨਹੀਂ ਸਾਡਾ ਆਨ ਹੋ ਸਕਿਆ, ਤਾਂ ਕੀ ਹੋਇਆ ਵੀਰੇ? ਪਹਿਲੀ ਦੇ ਆਓ, ਵਾਹ ਚੱਕ, ਲਓ ਜੀ ਜਾਕਪ੍ਰੀਤ ਜੀ ਤੁਹਾਡੇ ਕੀ ਵਿਚਾਰ ਸੀਗੇ? ਨਹੀਂ ਮੈਂ ਤਾਂ ਰੌਲਾ ਸੁਣਿਆ ਗਰਾਊਂਡ ਦੇ ਵਿੱਚ, ਕਹਿੰਦੇ ਜੇ ਕਾਚੀ ਏ ਵੀ ਨੋਟ ਕਰੂਗਾ ਤਾਂ ਚਾਂਦੀ ਚੈਨ, ਚਾਂਦੀ ਦੀ ਚੈਨ, ਲਓ ਮੇਰੇ ਵੀਰੋ ਚਾਂਦੀ ਦੀ ਚੈਨ ਹੋ ਗਈ ਆ, ਜੇ ਕਾਸ਼ ਬੋਲਟ ਮਾਰਦਾ ਤਾਂ, ਤੇ ਜੇ ਛੱਕਾ ਪੈਂਦਾ ਤਾਂ ਹੀ ਓਵੇ ਓਵੇ ਓਏ, ਗੇਂਦ ਜਾਂਦੀ ਛੂਕਦੀ, ਗੇਂਦ ਕੀਪਰ ਦੇ ਹੱਥੋਂ ਵੀ ਜਾਂਦੀ ਛੂਕਦੀ। ਲਓ ਜੀ ਤੀਜੀ ਗੇਂਦ ਤੇ ਪੰਜ ਸਕੋਰ ਆ, ਓਵੇ ਚੱਕ ਓਏ ਓਏ, ਛੱਕਾ ਮੇਰੇ ਵੀਰੇ, ਲਓ ਮੇਰੇ ਵੀਰੋ ਚੌਕਾ, ਤਿੰਨ ਬੋਲਾਂ ਨੌ ਸਕੋਰ ਆ, ਦੋ ਚੌਕੇ ਇੱਕ ਵਾਈਟ, ਹਾਂ ਕਾਸ਼ ਨੇ ਸਪੀਡ ਦੁੱਗਣੀ ਕਰਤੀ ਮੇਰੇ ਵੀਰੋ ਚਾਂਦੀ ਦਾ ਨਾਂ ਸੁਣ ਕੇ। ਲਓ ਮੇਰੇ ਵੀਰੋ ਚੌਥੀ ਗੇਂਦ, ਕਾਸ਼ ਵੀ ਫੋਰਮ 'ਚ ਆ ਵੇਖਦੇ ਹੋਇਆ, ਏ ਬੀ ਵੀ ਫੋਰਮ 'ਚ ਆ,
ਓਏ ਹੋਏ 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 ਨਹੀਂ ਉਹ ਦੱਬਦਾ ਓਵੇ ਓਵੇ ਪਲੇਅਰਾਂ ਚ ਪਲੇਅਰ ਭਿੜਦੇ ਹਾਂ ਓਲੇ ਲਓ ਪ੍ਰਿੰਸ ਦੀ ਬੈਟਿੰਗ ਆ ਗਈ ਤਾਜੀ ਪ੍ਰਿੰਸ ਆ ਗਿਆ ਬੈਟਿੰਗ ਤੇ ਕੀ ਕਹਿਣਾ ਚਾਹੋਗੇ ਜਗਪ੍ਰੀਤ ਨਹੀਂ ਇਹ ਤਾਂ ਮੁੰਡਾ ਬਹੁਤ ਵਧੀਆ ਖੇਡਦਾ ਲਓ ਬਾਈ ਪਲੇ ਲਓ ਬਾਈ ਇਹਨੇ ਵੀ ਕਹਿੰਦੇ ਇੱਕ ਤਾਂ ਛੱਕਾ ਪੇਲਣਾ ਹੀ ਪੇਲਣਾ ਕਿੰਨਾ ਕਿ ਦੋ ਛੱਕੇ ਦਾ ਪੱਕੇ ਆ ਓਵੇ ਟਾਈਮਿੰਗ ਸ਼ਾਟ ਮੇਰੇ ਵੀਰੋ ਚੱਕ ਚੱਕ ਨੰਨੀ ਵੀ ਰੋਲਤਾ ਨੰਨੀ ਰੋਲਤਾ ਨੰਨੀ ਰੋਲਤਾ ਮੇਰੇ ਵੀਰੋ ਡਬਲ ਲੈ ਲਿਆ ਹੱਥਾਂ 'ਚ ਹੰਨਾ ਨੰਨੀ ਰੋਲਤਾ ਲਓ ਬਈ ਇੱਕ ਗੇਂਦ ਹੈਗੀ ਆ ਕਾਹੀ ਦਾ ਓਵਰ ਹੀ ਆਪਾਂ ਮੇਨ ਤੁਹਾਨੂੰ ਵਿਖਾਉਣਾ ਸੀਗਾ ਕਿ ਬਈ ਕੀ ਚਾਂਦੀ ਦੀ ਚੈਨ ਪਰ ਹਜੇ ਤੱਕ ਕੋਈ ਮੇਰੇ ਵੀਰੋ ਵਿਜੇ ਤਾਂ ਨਹੀਂ ਰਿਹਾ ਨਾ ਹੀ ਆਊਟ ਵਾਲਾ ਅਤੇ ਨਾ ਹੀ ਓਵੇ ਟਾਈਮਿੰਗ ਸ਼ਾਟ ਵਾਲੀ ਓਏ ਹੋਏ 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 ਬਾਈ ਕਲੋਜ਼ ਕਾਲ ਸੀਗੀ ਗੇਂਦ ਗਈ ਡਾਇਰੈਕਟ ਐਂਡ ਵੱਜਦੀ ਫੱਜਦੀ ਰਹਿ ਗਈ ਤਾਂ ਮਿਲਦੇ ਹਾਂ ਲਾਸਟ 'ਤੇ ਤੁਹਾਨੂੰ ਤਿੰਨ ਰਹਿ ਗਏ ਮੇਰੇ ਵੀਰੋ ਤਿੰਨ ਸਕੋਰ ਫਿਲਟਰ ਤਗੜਾ ਨੰਨੀ ਜੀ ਭਾਈ ਸਾਹਿਬ ਜਾਣ ਕੇ ਉਹਨਾਂ ਨੇ ਮੇਰੇ ਠੋਕਣ ਦੀ ਕੀਤੀ ਵੀ ਵਲੋਗ ਨਾ ਬਣਾ ਸਕੇ ਹਰਦਿਆਂ ਦਾ ਤੁਸੀਂ ਵੇਖ ਸਕਦੇ ਕਾਰਵਾਈ ਸਿੱਧੀ ਪਾਈ ਜਾ ਰਹੀ ਮੇਰੇ 'ਤੇ ਅਤੇ ਸਕੋਰ ਕਿੰਨੇ ਰਹਿ ਗਏ ਆ ਕਿੰਨੇ ਰਹਿ ਗਏ ਸੱਤ ਰਹਿ ਗਏ ਸੱਤ ਰਹਿ ਗਏ ਲਾਸਟ ਓਵਰ ਉਹ ਬਾਈ ਜਿੱਤੂ ਮਿਲ ਗਿਆ ਉਹ ਸਾਨੂੰ ਮੈਚ ਦਾ ਜਿੱਤੂ ਆ ਨਾ ਜਿੱਤੂ ਮਿਲ ਗਿਆ ਸਾਨੂੰ ਤੀਜੇ ਮੈਚ ਤੀਜਾ ਮੈਚ ਹੈ ਜਿੱਤ ਚੁੱਕੇ ਹਾਂ ਠੀਕ ਆ ਮੈਚ ਬਹੁਤ ਲੰਮਾ ਹੋ ਚੁੱਕਾ ਪਰ ਫਿਰ ਵੀ ਬੱਦਲ ਵੀ ਗਰਜਦੇ ਪਏ ਪੂਰੇ ਸਿਰਾ ਹੋਇਆ ਪਿਆ ਬੱਦਲਾਂ ਵਾਲਾ ਤਾਂ ਆਹ ਵੇਖੋ ਇੱਦਾਂ ਦਾ ਮਾਹੌਲ ਸਾਨੂੰ ਵਹਿਦਾ ਪਿਆ ਤਾਂ ਮੈਂ ਬ੍ਰਾਈਟਨੈਸ ਵਧਾਈ ਸੀ ਆਹ ਵੇਖੋ ਇੱਦਾਂ ਦਾ ਦਿਖਦਾ ਪਿਆ ਗੇਂਦ ਵੀ ਨਹੀਂ ਦਿਖਦੀ ਪਿਆ ਇੱਦਾਂ ਅਤੇ ਮਿਲਦੇ ਹਾਂ ਸੁਬਾਹ ਘਰ ਜਾ ਕੇ ਦੁਕਾਨ 'ਤੇ ਮੀਂਹ ਆ ਗਿਆ ਬਹੁਤ ਤੇਜ਼ ਬੈਟਿੰਗ ਚੱਲਦੀ ਪਈ ਆਹ ਵੇਖੋ ਮੀਂਹ ਓਏ ਬੈਟਿੰਗ ਮੇਰੀ ਬਹੁਤ ਤਗੜੀ ਚੱਲਦੀ ਪਈ ਪੰਜ ਛੱਕੇ ਠੋਕਤੇ ਸੀ ਇੱਕ ਛੱਕੇ ਤੇ ਮੈਚ ਰਹਿ ਗਿਆ ਸੀਗਾ ਪੰਜ ਛੱਕੇ ਠੋਕੇ ਮੇਰੇ ਪੰਜ ਆਹ ਵੇਖ ਲਓ ਮੀਂਹ ਨੇ ਓਏ ਆਹ ਵੇਖ ਲਓ ਤੁਸੀਂ ਸੁਣ ਸਕਦੇ ਆ ਕੈਚ ਕੀਤਾ ਸੀ ਬਾਲ ਹਵਾ ਚ ਕੱਢਣੇ ਪਾਲਿਆ ਪੈਰ ਕੱਦਾ ਹਵਾ ਚ ਇੱਕੋ ਮੇਰੀਆਂ ਤਾਰੀਫਾਂ ਸੁਣ ਲਓ ਇਹ ਭਰਾ ਤੁਹਾਡੇ ਦੇ ਚਰਚੇ ਆ ਹਜੇ ਇਦੋਂ ਵੀ ਤਗੜੀ ਆਪਣੀ ਗੇਮ ਹੋਣੀ ਆ ਬੈਟ ਦੇਖੋ ਕਿਵੇਂ ਸਾਂਭ ਸੰਭਲ ਜਾਂਦਾ ਵਾ ਆਹ ਭਾਵੇਂ ਲਿਬੜ ਜੇ ਪਰ ਬੈਟ ਨਹੀਂ ਲਿਬੜ ਦੇਣਾ ਭਾਈ ਮੀਂਹ ਨੇ ਸਾਡਾ ਸੱਤਿਆਨਾਸ਼ ਕਰਤਾ ਮੈਚ ਤਾਂ ਤੇਰਾ ਭਰਾ ਜੇ ਏਬੀ ਕੋਲੇ ਫੋਨ ਆ ਬਾਈ ਤੇਰਾ ਆਹ ਵੇਖ ਲਓ ਮੀਂਹ ਨੇ ਬਹੁਤ ਤਗੜਾ ਕੰਮ ਕੀਤਾ ਅੱਛਾ ਆਹ ਸੁਣ ਸਕਦੇ ਆ ਫੇਰ ਦੱਸ ਫੇਰ ਦੱਸ ਚਾਰ ਸੀਗੀਆਂ ਬਾਲਾਂ ਵੇਖੋ ਤਿੰਨ ਹੀ ਰਹਿ ਗਈਆਂ ਤੇ ਇੱਕ ਦੰਦਾਂ ਦੇ ਮਗਰ ਲਗੋਈ ਪੈਟੀ ਆ ਕਰ ਜੀ ਵੇਖੋ ਜੀ ਸਾਲੀ ਆ ਜੀ ਕਿਹਨੇ ਖਵਾਈ ਸਾਨੂੰ ਕਿੰਨੇ ਖਵਾਈ ਆ ਮੁੰਡੇ ਨੇ ਉਹ ਗੱਲ ਸੁਣਾ ਗੱਲ ਸੁਣ ਤਾਂ ਚਾਹ ਦਾ ਮਾਹੌਲ ਵੇਖ ਸਕਦੇ ਤੁਸੀਂ ਤਾਂ ਸਾਨੂੰ
ਜਿੱਦਾਂ ਨਾ ਨਾ ਤੂੰ ਸਮੋਸੇ ਖਵਾਏ ਨਾ ਪਕੌੜੇ ਖਵਾਏ ਮੱਠੀਆਂ ਖਵਾਏ ਵੇਖ ਲਓ ਮੱਠੀਆਂ ਆਓ ਕੋਈ ਗੱਲ ਨਹੀਂ ਨਹੀਂ ਕੋ ਖਵਾਇਆ ਨਹੀਂ ਨਹੀਂ ਕੋ ਖਵਾ ਕੋ ਖਵਾਇਆ ਪਰ ਲੈ ਜੀ ਸ਼ਰਨ ਲੈ ਦਹਾ ਕੀ ਲੈ ਦਹਾ ਦੱਸੋ ਹੈ ਦੇਖੋ ਯਾਰ ਮਾਨ ਤਾਂ ਰੱਖਿਆ ਪਤਾ ਨਹੀਂ ਲੱਗਾ ਮੈਨੂੰ ਲੇਖਾ ਪੈ ਗਿਆ ਕਿ ਜਿਹੜੀ ਉਹ ਫੱਟੇ ਵਾਲੀ ਆਈ ਹੈ 15 minutes later ਆ ਵੇਖੋ ਬੜੀ ਬੜਾ ਬੜਾ ਚਾ ਬੜੀ 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 ਓਏ ਆ ਵੇਖੋ ਇਹ ਹੁੰਦਾ ਸਾਲਿਆ ਇੰਨਾ ਦੀਨ ਮਾਨ ਨਹੀਂ ਕਹਿਣਾ ਦਾ ਚਾ ਚਾ ਦਾ ਚਾ ਮੱਠੀ ਵਿੱਚ ਰੋ ਰਾ ਲੜ ਪਿਆ ਓਏ ਆ ਵੇਖੋ ਇਹ ਵੀ ਇੱਕ ਕੱਲਾ ਲੈ ਜਾਂਦਾ ਇਹ ਵਾ ਬਾਈ ਆ ਸਿਰੇ ਦਾ ਕਾਲਾ ਧੋਖਾ ਦੇ ਗਈ ਤੂੰ ਮੈਂ ਆਪਦੀ ਹੱਥ ਚ ਲਈ ਬੈਠੀ ਹੋਰ ਮੰਗਾਵਾਂ ਹੋਰ ਮੰਗਾਵਾਂ ਕਿਸਨੂੰ ਪੁੱਛ ਰਹੇ ਹੋ ਤਾਂ ਇੱਦਾਂ ਹੀ ਸਾਡਾ ਮਸਤੀ ਮਜ਼ਾਕ ਕਰਦੇ ਹਾਂ ਟਾਈਮ ਨਿਕਲ ਗਿਆ ਇਹ ਸੀ ਕ੍ਰਿਕਟ ਦਾ ਵਲੋਗ ਅਤੇ ਮੌਜ ਮਸਤੀ ਬਹੁਤ ਹੁੰਦੇ ਆ ਇਹ ਗੇਮ ਨਹੀਂ ਇਹ ਬਾਕੀ ਇਮੋਸ਼ਨਸ ਆ ਸਾਡੇ ਮਸਤੀ ਮਜ਼ਾਕ ਦੇ ਨਾਲ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਮਿਲਦੇ ਹਾਂ ਅਗਲੇ ਵਲੋਗ